ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਹਿਣ ਅਨੁਸਾਰ ਉਹਨਾਂ ਦੀ 2 ਸਾਲ ਪੁਰਾਣੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ 'ਚ ਮੰਤਰੀ ਸਾਹਿਬ ਵੱਲੋਂ ਹੁਣ ਐਕਸ਼ਨ ਲੈ ਲਿਆ ਗਿਆ ਹੈ। ਉਹਨਾਂ ਵੱਲੋਂ ਬਟਾਲਾ ਦੇ SSP ਨੂੰ ਮੰਗ ਪੱਤਰ ਦਿੰਦਿਆਂ ਉਹਨਾਂ ਚੈਨਲਾਂ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਵਾਇਰਲ ਵੀਡੀਓ ਨੂੰ ਚਲਾਉਣ ਤੋਂ ਪਹਿਲਾਂ ਉਹਨਾਂ ਦਾ ਪੱਖ ਨਿਚਾਰਿਆ ਗਿਆ। ਮਾਫ਼ ਕਰਨਾ, ਧਾਰਮਿਕ ਭਾਵਨਾਵਾਂ ਅਤੇ ਕਾਨੂੰਨੀ ਪਹਿਲੂਆਂ ਨੂੰ ਦੇਖਦੇ ਹੋਏ ਅਸੀਂ ਤੁਹਾਨੂੰ ਉਹ ਵੀਡੀਓ ਨਹੀਂ ਦਿਖਾ ਸਕਦੇ, ਪਰ ਇਹ ਦੱਸ ਦਿੰਦੇ ਹਾਂ ਕਿ ਉਹ ਵੀਡੀਓ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸੀ। ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀਡੀਓ ਚਲਾਉਣ ਵਾਲੇ ਚੈਨਲ ਉੱਪਰ 100 ਕਰੋੜ ਦੀ ਮਾਣਹਾਨੀ ਦਾ ਦਾਅਵਾ ਵੀ ਠੋਕ ਦਿੱਤਾ ਗਿਆ ਹੈ ਅਤੇ ਇਸ ਵੀਡੀਓ ਦੀ ਸਾਈਬਰ ਕ੍ਰਾਈਮ ਕੋਲੋਂ ਜਾਂਚ ਦੀ ਵੀ ਮੰਗ ਰੱਖੀ ਹੈ ਤਾਂ ਕਿ ਪਤਾ ਲੱਗ ਸਕੇ ਇਹ ਵੀਡੀਓ ਸਭ ਤੋਂ ਪਹਿਲਾਂ ਕਿਸ ਵੱਲੋਂ ਅਪਲੋਡ ਕੀਤੀ ਗਈ ਸੀ। ਮੈਂ ਕੱਲ੍ਹ 5:30 ਹੁਸ਼ਿਆਰਪੁਰ ਸੀ ਔਰ ਉੱਥੇ ਮੈਨੂੰ ਕਿਸੇ ਦਾ ਟੈਲੀਫੋਨ ਆਇਆ ਕਿ ਨਿਊਜ਼ 18 ਦੇ ਉੱਪਰ ਇੱਕ ਕਲਿੱਪ ਚੱਲ ਰਹੀ ਹੈ ਜਿਹਦੇ 'ਚ ਤੁਸੀਂ ਇਹ ਕਹਿ ਰਹੇ ਹੋ ਕਿ ਬਾਬਾ ਨਾਨਕ ਦੀ ਜਿਹੜੀ ਫੋਟੋ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੇਲ ਖਾਂਦੀ ਹੈ। ਉਹਨੂੰ ਮੈਂ ਬੜਾ ਧਿਆਨ ਨਾਲ ਸੁਣਿਆ ਔਰ 6:30 ਮੈਂ ਇਹਨਾਂ ਦਾ ਜਿਹੜੇ ਕੋਈ ਉੱਥੇ ਕਮਲ ਜੋਤੀ ਜਾਂ ਜੋਤੀ ਕਮਲ ਜਿਹੜਾ ਨਾਂ ਸੀ ਉਹਨੂੰ ਟੈਲੀਫੋਨ ਕੀਤਾ ਕਿ ਤੁਹਾਡੀ ਇਹ ਚੱਲ ਰਹੀ ਆ ਔਰ ਤੁਸੀਂ ਇਹਨੂੰ ਇਹ ਗਲਤ ਚਲਾ ਰਹੇ ਹੋ, ਇਹਨੂੰ ਵੈਰੀਫਾਈ ਕਰੋ ਕਿ ਕੀ ਆ। ਅਤੇ ਅੱਜ ਮੇਰੇ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਉਹ ਹਰਟ ਹੋਏ ਨੇ। ਉਹਦੇ 'ਚ ਇਕੱਲੀ ਇਹੀ ਨਹੀਂ, ਮੈਨੂੰ ਪੋਲੀਟੀਕਲੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਮੈਨੂੰ ਰਿਲੀਜੀਅਸ ਤੌਰ 'ਤੇ ਵੀ ਉਹਦੇ 'ਚ ਇਹਨਾਂ ਨੇ ਬਿਨਾਂ ਕਿਸੇ ਵੈਰੀਫਾਈ ਕੀਤਿਆਂ ਜਿੰਨੇ ਵੀ ਚੈਨਲ ਨੇ ਉਹਨਾਂ ਨੇ ਇਹਨੂੰ ਚਲਾਇਆ। ਕਿਸੇ ਮੀਡੀਆ ਵਾਲੇ ਨੇ, ਕਿਸੇ ਚੈਨਲ ਨੇ ਮੇਰਾ ਵਰਸ਼ਨ ਨਹੀਂ ਲਿਆ ਔਰ ਇਹਨੂੰ ਇਮੀਡੀਏਟਲੀ ਉਹਨਾਂ ਨੇ ਚਲਾ ਦਿੱਤਾ। ਇਹ ਜਿਹੜੀ ਮੈਂ ਐਪਲੀਕੇਸ਼ਨ SSP ਸਾਹਿਬ ਨੂੰ ਦਿੱਤੀ ਆ ਸਾਈਬਰ ਕ੍ਰਾਈਮ ਦੇ ਲਈ, ਮੈਂ ਐਪਲੀਕੇਸ਼ਨ ਫਾਰ ਰਜਿਸਟ੍ਰੇਸ਼ਨ ਆਫ ਅ ਕ੍ਰਿਮੀਨਲ ਕੇਸ ਅੰਡਰ ਸੈਕਸ਼ਨ 465, 469, 471, 259, 295 ਜਿਹੜੇ 'ਚ ਰਿਲੀਜੀਅਸ ਸੈਂਟੀਮੈਂਟ ਸਰਟ ਕੀਤੇ ਨੇ 500, 120 IPC ਐਂਡ ਸੈਕਸ਼ਨ 6767A ਇਨਫੋਰਮੇਸ਼ਨ ਟੈਕਨੋਲੋਜੀ ਐਕਟ ਅਗੇਂਸਟ ਰਾਹੁਲ ਜੋਸ਼ੀ ਮੈਨੇਜਿੰਗ ਡਾਇਰੈਕਟਰ ਨਿਊਜ਼ 18 ਗਰੁੱਪ ਫਸਟ ਫਲੋਰ ਇੰਪਾਇਰ ਕੰਪਲੈਕਸ 414 ਸੈਨਾਪਤੀ ਬਾਪਤ ਮਾਰਗ ਲੋਅਰ ਪੌਰ ਮੁੰਬਈ ਮਹਾਰਾਸ਼ਟਰਾ ਇੰਡੀਆ। ਉਹਦਾ ਟੈਲੀਫੋਨ ਨੰਬਰ ਦਿੱਤਾ ਜੋਤੀ ਕਮਲ ਐਡੀਟਰ ਨਿਊਜ਼ 18 ਪੰਜਾਬ, ਵਿਜੇਪਾਲ ਸਿੰਘ ਬਰਾੜ DNE ਨਿਊਜ਼ 18 ਪਲੋਟ ਨੰਬਰ 88 ਫੇਜ਼ 2 ਇੰਡਸਟਰੀਅਲ ਏਰੀਆ ਚੰਡੀਗੜ੍ਹ ਐਂਡ ਅਦਰ ਅਨਨੋਨ ਅਕਿਊਜ਼ਡ ਪਰਸਨ। ਇਹ ਮੈਂ ਇਹਨਾਂ ਨੂੰ ਦਿੱਤੀ ਹੈ ਕਿ ਇਹਦੀ ਇਨਕੁਆਇਰੀ ਕੀਤੀ ਜਾਏ, ਜਿਹੜੀ ਡਾਕਟਰ ਕੀਤੀ ਆ, ਜਿਹੜੀ ਐਡਿਟ ਕੀਤੀ ਆ ਇਹ ਵੀਡੀਓ, ਅਤੇ ਉਹਦੇ 'ਚ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹਦੀ ਕੀਤੀ ਜਾਏ। ਤੁਸੀਂ ਉਹਦੇ 'ਚ ਵੇਖਿਆ ਹੋਣਾ ਕਿ ਜਦੋਂ ਉਹ ਇੱਕ ਪੇਪਰ ਦਿਖਾ ਰਹੇ ਨੇ ਜਿਹਦੇ 'ਚ ਇਹ ਨਾਨਕ ਸਾਹਿਬ ਨੇ, ਉਹਦੇ 'ਚ 32 MLA ਖੜ੍ਹੇ ਨੇ, ਜੇ ਤਾਂ ਇਹ ਕੋਈ 1.5 ਸਾਲ ਪੁਰਾਣੀ ਆ ਅਤੇ ਉਹਦੇ ਉਹ ਤਾਂ ਮੇਰੇ ਖਿਆਲ ਰੈਲੀਵੈਂਸੀ ਹੈ ਨਹੀਂ, ਅਤੇ ਜੇ ਕੋਈ 3-4 ਜਾਂ ਮਹੀਨਾ ਪੁਰਾਣੀਆਂ ਤਾਂ ਉਹਦਾ ਮਤਲਬ ਮੈਂ ਗਰਮੀਆਂ ਵਾਲੇ ਕੱਪੜੇ ਜਾਂ ਉਹ ਨਹੀਂ ਪਾ ਕੇ ਖਲੋ ਸਕਦਾ, ਸਰਦੀਆਂ ਸੀਗੀਆਂ ਸਰਦੀਆਂ ਵਾਲੇ ਕੱਪੜੇ ਹੋਣੇ ਚਾਹੀਦੇ। ਇਹ ਤਾਂ ਹੁਣ SSP ਜਾਂ ਸਾਈਬਰ ਕ੍ਰਾਈਮ ਵਾਲੇ ਜਿਹੜੇ ਇਹਨੂੰ ਵੈਰੀਫਾਈ ਕਰਨਗੇ ਕਿ ਇਹ ਕਿਸ ਟਾਈਮ ਦੀ ਇਹ ਲਾਈ ਗਈ ਆ। ਅਸੀਂ ਦੇਖੋ ਉਹਨਾਂ ਨੂੰ 100 ਕਰੋੜ ਦਾ ਕੇਸ ਜਿਹੜਾ ਇਹ ਲਿਖਿਆ ਆ, ਅਸੀਂ ਉਹਨੂੰ ਕਰਨ ਲਈ ਜਾ ਰਹੇ ਹਾਂ। ਉਹਦੇ ਵਿੱਚ ਪਹਿਲੀ ਜਿਹੜੀ ਆ ਅੱਜ ਜਿਹੜਾ ਅਸੀਂ ਤਿਆਰ ਕੀਤਾ, ਰਾਹੁਲ ਜੋਸ਼ੀ ਮੈਨੇਜਿੰਗ ਡਾਇਰੈਕਟਰ, ਜੋਤੀ ਕਮਲ ਐਡੀਟਰ ਔਰ ਵਿਜੇਪਾਲ ਸਿੰਘ ਬਰਾੜ DNE ਲੀਗਲ ਨੋਟਿਸ ਜਿਹੜਾ ਅੱਜ ਉਹਨਾਂ ਨੂੰ ਅਸੀਂ ਇਸ਼ੂ ਕਰ ਦਾਂਗੇ, ਅਤੇ ਨਾਲ ਹੀ 3 ਤਰੀਕ ਨੂੰ ਕੋਰਟ ਖੋਲ੍ਹਣ 'ਤੇ ਵਕੀਲ ਸਾਹਿਬ ਉਹਨੂੰ ਕਰ ਦੇਣਗੇ। ਉਹਦੇ ਕੰਪਲੇਂਟ ਜਿਹੜੀ ਇੱਕ ਵੀਡੀਓ ਚੱਲ ਰਹੀ ਹੈ TV ਚੈਨਲ ਉੱਤੇ, ਉਹਦੇ ਬਾਰੇ ਇਹਨਾਂ ਕੰਪਲੇਂਟ ਫਾਈਲ ਕੀਤੀ ਹੈ ਵੀ ਐਕਚੁਲੀ ਅਸਲੀਅਤ ਨਹੀਂ ਹੈਗੀ ਜਿਹੜੀ ਕੰਪਲੇਂਟ ਲੈ ਲਈ ਹੈ, ਅਤੇ ਇਹ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੀ ਜਾਏਗੀ, ਉਹਦੇ ਵਿੱਚ ਸਾਰੀ ਅਸਲੀਅਤ ਸਾਹਮਣੇ ਆ ਜਾਏਗੀ, ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ। ਸਰ ਇਹਦੇ ਵਿੱਚ ਕਿਸੇ ਨੂੰ ਫਰੇਮ ਕੰਪਲੇਂਟ ਦੇ ਬਾਈ ਨੇਮ ਵੀ ਕੋਈ ਐਲੀਗੇਸ਼ਨ ਜਿਹੜੇ TV ਚੈਨਲ 'ਤੇ ਚੱਲ ਰਹੀ ਹੈ ਉਹਦੇ ਖਿਲਾਫ ਇਹਨਾਂ ਦਿੱਤੀ ਹੈ।
ਇਸ ਮਾਮਲੇ 'ਚ ਜਾਂਚ ਤੋਂ ਬਾਅਦ ਅੱਗੇ ਕੀ ਮੋੜ ਆਉਂਦਾ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਬਟਾਲਾ ਤੋਂ ਡੀ ਨਿਊਜ਼ ਲਈ ਜਸਵਿੰਦਰ ਸਿੰਘ ਬੇਦੀ ਦੀ ਰਿਪੋਰਟ। ਕਿਵੇਂ ਹੋਰ ਵਧੀਆ ਬਣ ਸਕਦਾ ਹੈ ਤੁਹਾਡਾ ਆਪਣਾ ਡੀ ਨਿਊਜ਼ ਪੰਜਾਬ। ਇਸ ਦੇ ਲਈ ਤੁਸੀਂ ਸਾਨੂੰ ਆਪਣੀ ਕੀਮਤੀ ਰਾਏ ਦਿੰਦੇ ਰਿਹਾ ਕਰੋ। ਕੀਮਤੀ ਰਾਏ ਦੇਣ ਦੇ ਲਈ ਤੁਸੀਂ ਵੀਡੀਓ ਤੋਂ ਥੱਲੇ ਕਮੈਂਟ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਡੀ ਨਿਊਜ਼ ਪੰਜਾਬ 'ਤੇ ਇੰਟਰਵਿਊਜ਼, ਖਬਰਾਂ ਅਤੇ ਹੋਰ ਪ੍ਰੋਗਰਾਮ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਸ਼ੁਰੂ ਕਰੋ।